ਮੇਰੇ ਤਮਾਮ ਦੋਸਤਾਂ ਨੂੰ, ਭਰਾਵਾਂ ਨੂੰ ਉਸਤਾਦ ਆਸਫ ਲਹੌਰੀ ਦਾ ਅਸਲਾਮੁਅਲੈਕਮ। ਮੇਰੇ ਦੋਸਤੋ, ਤੁਸੀਂ ਮੇਰਾ ਯੂਟਿਊਬ ਚੈਨਲ ਦੇਖਦੇ ਪਏ ਹੋ, ਉਸਤਾਦ ਆਸਫ ਲਹੌਰੀ ਪ੍ਰਾਈਜ਼ ਪਾਉਣ। ਮੇਰੇ ਚੈਨਲ 'ਤੇ ਮੇਰੇ ਦੋਸਤੋ ਥਾਈਲੈਂਡ ਦੀ ਵੀਡੀਓ ਹੁੰਦੀ ਹੈ, ਸਫਾ ਕਲੋਜ ਸੈਂਟਰ, ਚੌਥਾ ਫਿਗਰ, ਪੰਜਵਾਂ ਫਿਗਰ ਔਰ ਛੇਵੇਂ ਫਿਗਰ ਦੀ ਰੂਟੀਨਾਂ ਹੁੰਦੀਆਂ। ਔਰ ਮੇਰੇ ਚੈਨਲ 'ਤੇ ਪਾਕਿਸਤਾਨ ਦੇ ਟਰਾ ਦਾ ਸਫਾ ਕਲੋਜ ਸੈਂਟਰ, ਚੌਥਾ ਫਿਗਰ, ਪੰਜਵਾਂ ਫਿਗਰ ਔਰ ਛੇਵੇਂ ਫਿਗਰ ਦੀ ਰੂਟੀਨਾਂ ਹੁੰਦੀਆਂ ਔਰ ਫਸਟ ਸੈਕਿੰਡ ਦੀਆਂ ਪੂਰੀਆਂ ਹੁੰਦੀਆਂ। ਮੇਰੇ ਚੈਨਲ ਨੂੰ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਬੈੱਲ ਵਾਲਾ ਬਟਨ ਦਬਾਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚੇ। ਔਰ ਮੇਰੇ ਦੋਸਤੋ, ਮੇਰੀ ਵੀਡੀਓ ਪੂਰੀ ਦੇਖਿਆ ਕਰੋ, ਅੱਗੇ ਨਾ ਕਰਿਆ ਕਰੋ, ਠੀਕ ਹੈ, ਤਾਂ ਕਿ ਤੁਹਾਨੂੰ ਸਮਝ ਆਏ। ਜਿਹੜੀ ਰੂਟੀਨ ਦੀ ਤੁਹਾਨੂੰ ਨਹੀਂ ਸਮਝ ਲੱਗਦੀ ਮੇਰੇ ਦੋਸਤੋ, ਤੁਸੀਂ ਵੋਇਸ ਕਰਕੇ ਪੁੱਛ ਸਕਦੇ ਹੋ। ਮੇਰੀ ਜ਼ਿੰਮੇਦਾਰੀ ਹੈ ਤੁਹਾਨੂੰ ਉਹ ਰੂਟੀਨ ਦੇ ਮੁਤਲਕ ਦੱਸਾਂ, ਇਸ ਤਰ੍ਹਾਂ ਨਹੀਂ ਇਸ ਤਰ੍ਹਾਂ, ਠੀਕ ਹੈ ਮੇਰੇ ਦੋਸਤੋ। ਜ਼ਿਆਦਾ ਤੋਂ ਜ਼ਿਆਦਾ ਮੇਰੀ ਵੀਡੀਓ ਨੂੰ ਸ਼ੇਅਰ ਕਰੋ, ਠੀਕ ਹੈ ਮੇਰੇ ਦੋਸਤੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਬੈੱਲ ਵਾਲਾ ਬਟਨ ਲਾਜ਼ਮੀ ਦਬਾਓ। ਇੰਨਾ ਮੈਨੂੰ ਹੌਸਲਾ ਮਿਲ ਜਾਂਦਾ ਮੇਰੇ ਦੋਸਤੋ। ਅੱਲਾਹ ਪਾਕ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਅੱਜ ਵਾਲੀ ਜਿਹੜੀ ਮੈਂ ਵੀਡੀਓ ਲੈ ਕੇ ਆ ਮੇਰੇ ਦੋਸਤੋ, 28 ਲਾਟਰੀ ਦੀ ਹੈ, ਜਿਹੜਾ 1/8/2024 ਨੂੰ ਡਰਾ ਖੁੱਲ੍ਹਦਾ ਪਿਆ 28 ਲਾਟਰੀ ਦਾ। ਮੇਰੇ ਦੋਸਤੋ, ਮੇਰੇ ਪਿਛਲੇ ਰੂਟੀਨਾਂ ਦੇ ਵਿੱਚ 2 ਪੈਕਟ ਚੱਲ ਕੇ ਗਏ ਆ, 34/7 ਦਾ ਔਰ 36/7 ਦਾ। ਜਿਨ੍ਹਾਂ ਦੋਸਤਾਂ ਨੇ ਮੇਰੇ ਰੂਟੀਨਾਂ ਤੋਂ ਪੈਕਟ ਚੁੱਕੇ ਆ, ਪਾਕਿਸਤਾਨ 'ਚ ਡਰਾ ਨਹੀਂ ਹੋਇਆ। ਜ਼ਿਆਦਾ ਇਸ ਮੌਜੂ 'ਤੇ ਗੱਲ ਨਹੀਂ ਕਰਨਾ ਚਾਹੁੰਦਾ ਮੈਂ, ਲੇਕਿਨ ਰੂਟੀਨਾਂ 'ਚ 2 ਪੈਕਟ ਚੱਲੇ ਆ ਔਰ ਅੱਲਾਹ ਦਾ ਸ਼ੁਕਰ ਹੈ ਮੇਰੇ ਰੂਟੀਨਾਂ ਕਾਮਯਾਬ ਰਹੀਆਂ, ਠੀਕ ਹੈ ਮੇਰੇ ਦੋਸਤੋ। ਅੱਜ ਦੀ ਵੀਡੀਓ ਬੜੀ ਸ਼ਾਨਦਾਰ ਜੇ, ਇਹ ਰੂਟ ਜੇ ਬੜਾ ਪਿਆਰਾ। ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ। ਇਹ 233 ਹੱਦ ਦੀ ਗੇਮ ਜੇ, 51/8 ਤੋਂ ਗੇਮ ਚੱਲੀ ਜੇ, ਸਫ਼ੇ ਤੋਂ 1 ਮਾਈਨਸ ਕਰੋ ਅਤੇ 4 ਨੰਬਰ ਸਫ਼ਾ ਕਰ ਲਓ, ਠੀਕ ਹੈ ਮੇਰੇ ਦੋਸਤੋ। ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ। 40, 41, 42, 43, 44, 45, 46, 47, 48, 49 ਜਦੋਂ ਤੁਸੀਂ ਇਹ ਚੀਜ਼ਾਂ ਮੁਕੰਮਲ ਕਰਦੇ ਹੋ ਨਾ ਮੇਰੇ ਦੋਸਤੋ, ਕਲੋਜ 'ਚ 1 ਜ਼ਿਆਦਾ ਕਰਕੇ ਸੈਂਟਰ ਲਾ ਲਓ, 1 'ਚ 1 ਜ਼ਿਆਦਾ 2, 2 'ਚ 1 ਜ਼ਿਆਦਾ 3, 3 'ਚ 1 ਜ਼ਿਆਦਾ 4, 4 'ਚ 1 ਜ਼ਿਆਦਾ 5 ਸੈਂਟਰ ਲਾਓ, 5 ਤੋਂ ਜ਼ਿਆਦਾ 6, 6 ਤੋਂ ਜ਼ਿਆਦਾ 7, 7 ਤੋਂ ਜ਼ਿਆਦਾ 8, 8 ਤੋਂ ਜ਼ਿਆਦਾ 9, 9 ਤੋਂ ਜ਼ਿਆਦਾ 0। ਇਹ 10 ਪੈਕਟ ਬਣ ਜਾਂਦੇ ਆ, ਠੀਕ ਹੈ ਮੇਰੇ ਦੋਸਤੋ। ਫਿਰ ਉਸ ਤੋਂ ਬਾਅਦ ਇਹ ਜਿਹੜਾ ਓਪਨ ਕਲੋਜ ਜਿਹੜਾ ਵੀ ਤੁਸੀਂ ਚੁੱਕੋਗੇ, 43 ਦੀ ਜਮ੍ਹਾਂ ਕੀ ਹੈ 7, ਠੀਕ ਹੈ ਮੇਰੇ ਦੋਸਤੋ, 27/2 ਜ਼ਿਆਦਾ ਕਰੀਏ ਅਤੇ 9, ਠੀਕ ਹੈ। ਜੋੜੇ ਦੀ ਜੋ ਜਮ੍ਹਾਂ ਲੱਗੇ ਨਾ, ਜਮ੍ਹਾਂ ਲੈ ਕੇ ਨਾ ਜਮ੍ਹਾਂ 7 ਬਣੀ ਹੈ ਜੀ, 2 ਜ਼ਿਆਦਾ ਕਰਾਂ ਅਤੇ 9, ਸੈਂਟਰ ਦੇ ਨਾਲ 9 ਜਮ੍ਹਾਂ ਪੂਰੀ ਕਰੋ, ਤੁਹਾਡਾ ਚੌਥਾ ਫਿਗਰ ਬਣ ਜਾਏਗਾ। ਇਹਦੀ ਜਮ੍ਹਾਂ ਬਣੀ ਹੈ 7, 7/2 ਜ਼ਿਆਦਾ ਕਰਾਂ 9, ਸੈਂਟਰ ਦੇ ਨਾਲ 9 ਜਮ੍ਹਾਂ ਪੂਰੀ ਕਰਨੀ ਸੀ, ਉਹਨੇ 9 ਜਮ੍ਹਾਂ ਪੂਰੀ ਕਰਤੀ, 43-45 ਫੋਰਕਾਸਟ ਮਾਰ ਗਿਆ। ਇਹ 30 ਹੱਦ ਦੀ ਮੇਰੇ ਦੋਸਤੋ ਗੇਮ ਹੈ ਜੀ। ਫਿਰ 43-4 ਲੱਗੀ, ਸਫ਼ੇ 'ਤੇ 1 ਮਾਈਨਸ ਕਰਨਾ, 3 ਨੰਬਰ ਸਫ਼ਾ, 30, 31, 32, 34, 35, 36, 37, 38, 39। ਕਲੋਜ 'ਚ 1 ਜ਼ਿਆਦਾ ਸੈਂਟਰ, 1 ਤੋਂ ਜ਼ਿਆਦਾ 2, 2 ਤੋਂ 3, 3 ਤੋਂ 4, 4 ਤੋਂ 5, 5 ਤੋਂ 6, 6 ਤੋਂ 7, 7 ਤੋਂ 8, 8 ਤੋਂ 9, 9 ਤੋਂ 0, ਜਿਹਦੇ ਵਿੱਚੋਂ ਇਹਨੇ 36/7 ਦਾ ਪੈਕਟ ਚੁੱਕੇ ਆ। 36 ਦੀ ਜਮ੍ਹਾਂ 9 ਸੀ, 9 'ਚ 2 ਜ਼ਿਆਦਾ ਕਰਾਂ ਤਾਂ 1, ਇਹ ਸੈਂਟਰ ਦੇ ਨਾਲ 1 ਜਮ੍ਹਾਂ ਪੂਰੀ ਕਰਨੀ ਹੈ, 3 ਲੱਗੇਗਾ।
36-73 ਮਾਰ ਗਿਆ। ਆ 36 ਦਾ ਸਫ਼ਾ 3 ਦਾ ਜਾਂ 3 ਚੋਂ ਘਟਾ ਕੇ 2 ਨੰਬਰ ਸਫ਼ਾ ਕਰੋ ਮੇਰੇ ਦੋਸਤੋ, 20, 21, 22, 23, 24, 25, 26, 27, 28, 29 ਕਲੋਜ਼ ਤੋਂ ਜ਼ਿਆਦਾ ਸੈਂਟਰ 2, 3, 4, 5, 6, 7, 8, 9, 10 ਇਹ ਤੋਰੋ ਕਲੋਜ਼ ਤੋਂ ਜ਼ਿਆਦਾ, ਠੀਕ ਹੈ ਮੇਰੇ ਦੋਸਤੋ। ਫਿਰ ਉਸ ਤੋਂ ਇਲਾਵਾ ਇਹਦੀ ਜਮ੍ਹਾਂ 2 ਏ, 2 ਤੋਂ 2 ਜ਼ਿਆਦਾ ਕਰਨੇ ਆ, ਠੀਕ ਹੈ ਮੇਰੇ ਦੋਸਤੋ। 2 ਤੋਂ 2 ਜ਼ਿਆਦਾ ਕਰਾਂ, 4 ਜਮ੍ਹਾਂ ਪਿੱਛੇ ਤੁਸੀਂ ਪੂਰੀ ਕਰਨੀ ਹੈ। ਅਗਰ ਇਹਦੇ ਨਾਲ ਤੁਸੀਂ 4 ਜਮ੍ਹਾਂ ਪੂਰੀ ਕਰਦੇ ਹੋ ਮੇਰੇ ਦੋਸਤੋ, ਅਗਰ 4 ਜਮ੍ਹਾਂ ਤੁਸੀਂ ਪੂਰੀ ਕਰਦੇ ਹੋ, 2 ਜ਼ਿਆਦਾ ਕਰਕੇ ਜਮ੍ਹਾਂ ਲੈ ਕੇ ਆਉਣੀ ਹੈ, ਠੀਕ ਹੈ ਮੇਰੇ ਦੋਸਤੋ। ਇਹ 20 ਬਣੀ ਹੈ ਇੱਕ ਨਾਲ, 2 ਜ਼ਿਆਦਾ ਕਰਾਂ ਤਾਂ 4 ਜਮ੍ਹਾਂ ਪੂਰੀ ਕਰਨੇ, 20, 13। ਅਗਰ 21 ਬਣਾਉਣੀ ਜੇ, 21 ਦੀ ਜਮ੍ਹਾਂ 3 ਜੇ, 2 ਜ਼ਿਆਦਾ ਕਰਾਂ ਤਾਂ 5 ਦੀ ਜਮ੍ਹਾਂ, ਠੀਕ ਹੈ ਮੇਰੇ ਦੋਸਤੋ। ਅਗਰ 22 ਬਣਾਈ ਜੇ, 22 ਦੀ ਜਮ੍ਹਾਂ 4 ਏ, 22 ਬਣਾਈ 3 ਨਾਲ, 4 'ਚ 2 ਜ਼ਿਆਦਾ ਕਰਾਂ ਤਾਂ 6, ਪਿੱਛੇ 6 ਜਮ੍ਹਾਂ, ਠੀਕ ਹੈ ਮੇਰੇ ਦੋਸਤੋ, ਠੀਕ ਹੋ ਗਿਆ। ਇਹ ਜਮ੍ਹਾਂ 5 ਜੇ, 5 2 ਜ਼ਿਆਦਾ ਕਰਾਂ ਤਾਂ 7 ਜਮ੍ਹਾਂ, ਇਹਨਾਂ 3 ਲੱਗੇ, ਇਹਦਾ 3 ਨੰਬਰ ਲਾਉਣਾ। ਇਹ ਜਮ੍ਹਾਂ 6 ਜੇ, 6 'ਚ 2 ਜ਼ਿਆਦਾ ਕਰਾਂ ਤਾਂ 8 ਨੰਬਰ, ਇੱਥੇ 3 ਲੱਗਣਾ ਜੇ ਚੌਥਾ। ਇਹ ਜਮ੍ਹਾਂ 7 ਜੇ, 7 'ਚ 2 ਜ਼ਿਆਦਾ ਕਰਾਂ 9 ਨੰਬਰ, ਇੱਥੇ ਵੀ 3 ਲੱਗਣਾ ਜੀ, ਠੀਕ ਹੈ ਮੇਰੇ ਦੋਸਤ, ਚੌਥਾ ਨੰਬਰ 3 ਆ ਰਿਹਾ। ਇਹਦੀ ਜਮ੍ਹਾਂ 6 ਆ, 6 ਤੋਂ 2 ਜ਼ਿਆਦਾ ਕਰਾਂ ਤਾਂ 10 ਜਮ੍ਹਾਂ ਪੂਰੀ ਕਰੋ, ਇਹਨਾਂ 3 ਨੰਬਰ ਹੀ ਲੱਗੇਗਾ, 10 ਜਮ੍ਹਾਂ ਇੱਥੇ ਪੂਰੀ ਕਰਨੀ ਹੈ, 3 ਨੰਬਰ ਹੀ ਲੱਗੇਗਾ। ਇਹ 'ਚ 2 ਜ਼ਿਆਦਾ ਕਰੋ ਤਾਂ 9 ਜਦੋਂ ਜ਼ਿਆਦਾ ਕੀਤਾ ਤਾਂ 1 ਜਮ੍ਹਾਂ ਮੌਜੂਦ ਹੈ, 1 'ਚ 2 ਜ਼ਿਆਦਾ ਕਰਾਂ ਤਾਂ 3 ਜਮ੍ਹਾਂ ਪਿੱਛੇ ਪੂਰੀ ਕਰਨੀ, 3 ਲੱਗੇਗਾ। 2 'ਚ 2 ਜ਼ਿਆਦਾ ਕਰਾਂ ਤਾਂ ਇੱਥੇ 4 ਲੱਗੇਗਾ। ਇਹ ਫੋਰਕਾਸਟ ਬਣਦੇ ਪਏ ਜੇ ਮੇਰੇ ਦੋਸਤੋ, ਇਹਨਾਂ 'ਤੇ ਗੌਰ ਕਰ ਲੈਣਾ। ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ ਸਾਰੇ ਮੇਰੇ ਭਰਾਵਾਂ ਨੂੰ। ਇਹ ਜੇ ਮੇਰੇ ਦੋਸਤੋ ਕਰੰਟ, ਅੱਲਾਹ ਜ਼ਿੰਦਗੀ ਤੰਦਰੁਸਤੀ ਦੇਵੇ, ਇਹ ਜੇ ਕਰੰਟ, ਮੇਰੇ ਦੋਸਤੋ 2024 ਦੇ ਵਿੱਚ ਨਾ ਯਕਮ ਦਾ ਟਰਾਸ਼ ਸ਼ੁਰੂ ਹੋਇਆ, ਉਹ ਜੋਰੇ ਦੀ ਜਮ੍ਹਾਂ 6, 7, 8 ਦੀ ਲਾ ਰਿਹਾ, ਠੀਕ ਹੈ ਮੇਰੇ ਦੋਸਤੋ। ਯਕਮ ਦਾ ਟਰਾ 2024 ਦਾ ਸ਼ੁਰੂ ਹੋਇਆ, 5, 6, 7, 8 ਜਮ੍ਹਾਂ ਲਾ ਰਿਹਾ ਜੋੜੇ ਦੀ, ਠੀਕ ਹੈ ਮੇਰੇ ਦੋਸਤੋ। 5, 6, 7 ਦੀ ਜਮ੍ਹਾਂ 1 ਦੇ ਵਿੱਚ, 2 'ਚ ਹੈ ਜੀ, 3 'ਚ ਹੈ ਬਣਨ ਦੇ ਜੋੜੇ, 4 'ਚ ਹੈ ਜੋੜੇ, 5 'ਚ, 6 'ਚ, 7 'ਚ, 8 'ਚ, 9 'ਚ ਅਤੇ 0 'ਚ। ਸਾਲ ਦਾ ਪਹਿਲਾ ਟਰਾ ਆਇਆ, ਉਹਨੇ 6 ਦੇ ਜੋੜੇ ਦੇ ਵਿੱਚ ਨਾ 62 ਫਸਟ ਮਾਰੀ, ਫਿਰ ਯਕਮ ਦਾ ਟਰਾ ਆਇਆ, ਉਹਨੇ 60 ਫਸਟ ਮਾਰੀ, ਫਿਰ ਯਕਮ ਦਾ ਟਰਾ ਉਹਨੇ 25 ਫਸਟ ਮਾਰੀ, ਫਿਰ ਯਕਮ ਦਾ ਟਰਾ ਆਇਆ, ਉਹਨੇ 80 ਫਸਟ ਮਾਰੀ, ਫਿਰ ਯਕਮ ਦਾ ਟਰਾ ਆਇਆ, ਉਹਨੇ 98 ਫਸਟ ਮਾਰੀ, ਫਿਰ ਯਕਮ ਦਾ ਟਰਾ ਆਇਆ, ਉਹਨੇ 53 ਫਸਟ ਮਾਰੀ, ਫਿਰ ਯਕਮ ਦਾ ਟਰਾ ਆਇਆ, ਉਹਨੇ 43 ਫਸਟ ਮਾਰੀ 4 ਦੇ ਸਫ਼ੇ 'ਚ। ਯਾਨੀ ਕਿ 6, 7, 8 ਦੀ ਜਮ੍ਹਾਂ 'ਚ ਜੋੜਾ ਬਣਦਾ ਪਿਓਰਾ, ਠੀਕ ਹੈ ਮੇਰੇ ਦੋਸਤੋ। ਉਸ ਤੋਂ ਇਲਾਵਾ ਸੈਂਟਰ ਤੋਂ ਜ਼ਿਆਦਾ, ਸੈਂਟਰ 'ਚੋਂ ਨਫੀ, ਅਗਰ 24 ਇੱਥੋਂ ਚੁੱਕ ਕੇ ਲਿਆਉਂਦੇ ਹੋ, 15 ਇੱਥੇ ਲੈ ਆਓ, ਇਹੀ ਸੈਂਟਰ ਇੱਥੇ ਲੈ ਆਓ, 1 ਜ਼ਿਆਦਾ ਕਰ ਲਓ ਇਹ ਸੈਂਟਰ 'ਚੋਂ, 1 ਨਫੀ ਕਰ ਲਓ। ਇਹ ਜਿਹੜਾ ਸੈਂਟਰ ਲਾਇਆ ਸੀ ਨਾ ਸਫ਼ੇ ਨੂੰ, ਸੈਂਟਰ ਲਾਇਆ, ਇਹਦਾ ਘਰ 6 ਕਰ ਲਓ। ਇਸੇ ਤਰ੍ਹਾਂ ਢੰਡੋਲੇ ਬਣਦੇ ਆ ਰਹੇ ਆ, ਫੋਰਕਾਸਟ ਬਣਦੇ ਆ ਰਹੇ ਆ,
ਮੇਰੇ ਦੋਸਤੋ ਇਹਨਾਂ ਵਿੱਚੋਂ ਕੋਈ ਫੋਰਕਾਸਟ ਪਸੰਦ ਕਰ ਲੈਣਾ, ਠੀਕ ਹੈ, ਜਿਹੜਾ ਯਕਮ ਦਾ ਡਰਾ ਆ ਰਿਹਾ 28 ਲਾਟਰੀ ਦਾ, ਉਹਦੇ ਲਈ ਇਹ ਮੇਰੇ ਦੋਸਤੋ ਅੱਲਾ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ। 28 ਲਾਟਰੀ ਦਾ ਦੂਸਰਾ ਜਵਾਬ ਜੇ, ਬੈਗ ਟੰਡੋਲਾ ਕੱਢਣ ਦੀ ਰੂਟੀਨ ਜੇ, ਸਕਰੀਨਸ਼ਾਟ ਲੈ ਲਵੋ ਇਹਦੇ ਵਿੱਚ ਮੇਰੇ ਦੋਸਤੋ। ਅੱਲਾ ਜ਼ਿੰਦਗੀ ਤੰਦਰੁਸਤੀ ਦੇਵੇ। 62-55-44 ਲੱਗੀ ਹੈ, ਪਿਛਲੇ ਤਿੰਨਾਂ ਹਿੱਸਿਆਂ ਦੀ ਜਮ੍ਹਾਂ ਆਈ ਹੈ, 4-4-9 ਦੀ ਦੁਬਾਰਾ ਜਮ੍ਹਾਂ ਬਣਾਉਣੀ ਹੈ। ਤੁਸੀਂ ਬਣਾਉਣੀ ਕਿਸ ਤਰ੍ਹਾਂ, ਇਹ ਜਿਹੜਾ ਪੰਜਵਾਂ ਫਿਗਰ ਇਹ 'ਚ 2 ਜ਼ਿਆਦਾ ਕਰਨੇ ਆ, 6-ਆਂ 'ਚ 2 ਜ਼ਿਆਦਾ ਕਰਨੇ, ਇਹ 6-8 ਦਾ ਹਿੰਸਾ ਤੁਸੀਂ ਲਓ ਉਹਦੇ, ਆ ਚੌਥਾ ਫਿਗਰ ਹੈ ਜਾਂ ਪੰਜਵਾਂ ਫਿਗਰ ਹੈ, ਠੀਕ ਹੈ ਮੇਰੇ ਦੋਸਤੋ। ਦੂਸਰੀ ਗੱਲ ਹੈ ਵੇ, ਇਹ ਜਿਹੜਾ ਹਿੰਸਾ ਇਹਦੇ ਨਾਲ ਇੱਕ ਫਰਕ ਪੂਰਾ ਕਰਨਾ, ਆਖਰੀ ਹਿੰਸੇ ਦੇ ਨਾਲ ਇੱਕ ਦਾਣਾ ਮਾਈਨਸ ਕਰਨਾ, ਇੱਕ ਮਾਈਨਸ ਕਰਨਾ, ਇਹ 3 ਨੰਬਰ ਪਿੱਛੇ ਲੱਗੇ ਇਹਦਾ, ਠੀਕ ਹੈ ਮੇਰੇ ਦੋਸਤੋ। ਅਗਰ 6 ਨੰਬਰ ਲਾਉਂਦੇ ਹੋ, 3 ਨੰਬਰ ਇੱਥੇ ਰੱਖਦੇ ਹੋ, ਤੁਹਾਨੂੰ ਸਭ ਤੋਂ ਪਹਿਲੇ 4 ਦੀ ਜਮ੍ਹਾਂ ਪੂਰੀ ਕਰਨ ਵਾਸਤੇ 82-3 ਲਾਉਣੀ ਪਏਗੀ, ਠੀਕ ਹੈ। ਇਹ 4 ਜਮ੍ਹਾਂ ਜੇ 4 ਜਮ੍ਹਾਂ ਦਾ ਟੰਡੋਲਾ, ਠੀਕ ਹੈ। ਫਿਰ 8 ਨੰਬਰ ਹਿੰਸਾ ਲੈ ਕੇ ਇਹਨਾਂ 3 ਨੰਬਰ ਲਾਓਗੇ ਨਾ, ਤੁਹਾਨੂੰ 9 ਦੀ ਜਮ੍ਹਾਂ ਪੂਰੀ ਕਰਨੀ ਪੈਣੀ ਹੈ, 87-3। ਇਹ 82 ਨੂੰ ਕਲਟੀ ਦੇ ਕੇ 28 ਕਰ ਲੈਣਾ, ਇਹ 87 ਨੂੰ 78 ਕਰ ਲੈਣਾ, 4 ਟੰਡੋਲੇ ਬਣ ਗਏ ਇੱਥੇ। ਫਿਰ ਮੁੜ ਕੇ ਉਸ ਤੋਂ ਬਾਅਦ 6 ਨੰਬਰ ਲੈਣਾ, 6 ਨੰਬਰ ਦੇ ਨਾਲ 3 ਨੰਬਰ ਚੌਥਾ ਲੈਣਾ, ਇਹਦੇ 'ਚ 9 ਜਮ੍ਹਾਂ ਪੂਰੀ ਕਰਨੀ ਹੈ। ਇਹ ਵੀ 9 ਜਮ੍ਹਾਂ ਹੀ ਪੂਰੀ ਹੁੰਦੀ ਪਈ ਜੇ, 0 ਲੱਗਦਾ 9 ਲੱਗਦਾ। ਇਹ 4 ਜਮ੍ਹਾਂ ਪੂਰੀ ਕਰ ਰਿਹਾ ਟੰਡੋਲੇ ਦੀ, 64-3, 0-6 ਕਰ ਲੈਣਾ, 96 ਕਰ ਲੈਣਾ ਅਤੇ 46 ਕਰ ਲੈਣਾ, ਇਹਨਾਂ 3 ਨੰਬਰ ਚੌਥਾ ਲਾਉਣਾ। ਇਹ 10 ਟੰਡੋਲਿਆਂ ਵਿੱਚੋਂ ਬੈਕ ਟੰਡੋਲਾ ਲੱਗਣਾ ਸੀ, ਜਦੋਂ 2-2 ਦਾ ਸੈੱਟ ਹੈ, ਜਦੋਂ ਦੁਬਾਰਾ ਡਰਾ ਆਇਆ ਉਹਨੇ ਜਨਾਬ 0-63 ਦਾ ਟੰਡੋਲਾ ਪਿੱਛੇ ਲਾ ਦਿੱਤਾ, ਜਮ੍ਹਾਂ ਬਣੀ 9। ਇਹਦੀ ਜਮ੍ਹਾਂ 9 ਸੀ, 4 ਸੀ, ਇੱਥੇ 9 ਬਣੀ, 9-4 ਦੀ ਜਮ੍ਹਾਂ ਆਉਣੀ ਚਾਹੀਦੀ ਸੀ। ਸੈੱਟ ਬੰਦ ਹੋ ਗਿਆ, ਫਿਰ ਯਕਮ 'ਤੇ ਡਰਾ ਲੱਗਾ 25-36-03, ਠੀਕ ਹੈ ਮੇਰੇ ਦੋਸਤੋ। ਅੱਲਾ ਤੁਹਾਨੂੰ ਜ਼ਿੰਦਗੀ, ਫਿਰ ਲਿਖ ਲੈਣਾ 25-36-03, 0 'ਚ 2 ਜ਼ਿਆਦਾ ਕਰਨੇ ਆ 2-2 'ਚ 2 ਜ਼ਿਆਦਾ ਕਰਨੇ ਆ 4। ਪਹਿਲਾਂ ਤੁਸੀਂ 1 ਮਾਈਨਸ ਕੀਤਾ, ਹੁਣ ਤੁਸੀਂ 2 ਮਾਈਨਸ ਕਰਨੇ ਆ। 1 ਨੰਬਰ ਆਏਗਾ, 1 ਨੰਬਰ ਚੌਥਾ ਆਏਗਾ, ਇਹ 1 ਨੰਬਰ ਚੌਥਾ ਰੱਖੋਗੇ, ਇਹ 2 ਨੰਬਰ ਲਵੋਗੇ। ਸਭ ਤੋਂ ਪਹਿਲੇ ਇਹਦੀ ਜਮ੍ਹਾਂ ਆਈਏ 9, 9-4 ਦੀ ਤੁਸੀਂ ਜਮ੍ਹਾਂ ਇੱਥੇ ਪੂਰੀ ਕਰੋਗੇ, ਇਹ 2 ਨੰਬਰ ਇੱਥੇ ਲਾ ਕੇ, 1 ਨੰਬਰ ਇੱਥੇ ਲਾ ਕੇ, ਅਤੇ 4 ਦੀ ਜਮ੍ਹਾਂ ਪੂਰੀ ਹੁੰਦੀ ਜੇ, ਅਤੇ ਇਹ 9 ਦੀ ਜਮ੍ਹਾਂ ਪੂਰੀ ਹੁੰਦੀ ਜੇ। ਇਹਨੂੰ ਕਲਟੀ ਕਰ ਲਓ 12 ਜੇ, ਇਹਨੂੰ ਕਲਟੀ ਕਰ ਲਓ ਅਤੇ 62 ਜੇ। 1 ਨੰਬਰ ਚੌਥਾ ਲਾ ਲਿੱਤਾ, ਹੁਣ 4 ਨੰਬਰ ਨੂੰ ਇੱਥੇ ਲੈ ਆਓ, ਠੀਕ ਹੈ ਮੇਰੇ ਦੋਸਤੋ। 1 ਨੰਬਰ ਇੱਥੇ ਲਾ ਲਓ, ਇਹਦੀ ਜਮ੍ਹਾਂ ਬਣੀ ਜੇ 9, ਇਹਦੀ ਜਮ੍ਹਾਂ ਬਣੀ ਜੇ 4। ਇਹ ਕਲਟੀ ਨਹੀਂ ਹੁੰਦਾ, ਇਹ ਕਲਟੀ ਹੁੰਦਾ ਜੇ। ਇਹਦੇ ਵਿੱਚੋਂ ਉਹਨੇ ਡਰਾ ਕੇ ਲਾ ਦਿੱਤਾ 80-34-81-48-1 ਦਾ ਟੰਡੋਲਾ ਇੱਥੋਂ ਪਾਸ ਹੋ ਗਿਆ, 48-1 ਸੈੱਟ ਪੂਰਾ ਹੋ ਗਿਆ। ਫਿਰ ਦੁਬਾਰਾ ਡਰਾ ਆਇਆ ਮੇਰੇ ਦੋਸਤੋ, ਠੀਕ ਹੈ ਮੇਰੇ ਦੋਸਤੋ। ਫਿਰ 98-0-1-16 ਲੱਗੀ, ਪਿੱਛੇ ਟੰਡੋਲੇ ਦੀ ਜਮ੍ਹਾਂ 8 ਲੱਗੀ, ਹੁਣ 8-3 ਦੀ ਜਮ੍ਹਾਂ ਪੂਰੀ ਕਰਨੀ ਹੈ।
ਇਹਦਾ ਪੰਜਵਾਂ ਫਿਕਰ ਇੱਕ ਸੀ, ਦੋ ਜ਼ਿਆਦਾ ਕਰਾਂ ਤਿੰਨ ਪੰਜ। ਇਹ ਤਿੰਨ ਪੰਜ ਦਾ ਹਿੱਸਾ ਲੈ ਕੇ ਨਾ ਪੰਜ ਨੰਬਰ ਇੱਥੇ ਲਾਉਣਾ। ਹੁਣ ਤੁਸੀਂ ਤਿੰਨ ਮਾਈਨਸ ਕਰਨੇ ਆ, ਪਹਿਲੋਂ ਇੱਕ ਮਾਈਨਸ ਕੀਤਾ ਆਖਰੀ 'ਚੋਂ, ਫਿਰ ਦੋ ਮਾਈਨਸ ਕੀਤੇ, ਫਿਰ ਤਿੰਨ ਮਾਈਨਸ ਕਰਨੇ ਆ। ਇਹ ਤਿੰਨ ਨੰਬਰ ਛੇਵਾਂ ਫਿਗਰ ਆ ਇਹਦਾ। ਇਹ ਤਿੰਨ ਨੰਬਰ ਇੱਥੇ ਲਾ ਲਓ, ਤੁਸੀਂ ਅੱਠ ਦੀ ਜਮ੍ਹਾਂ ਪੂਰੀ ਕਰਨੀ ਹੈ ਅਤੇ ਇਹ, ਠੀਕ ਹੈ ਮੇਰੇ ਦੋਸਤੋ, ਇਹ ਅੱਠ ਦੀ ਜਮ੍ਹਾਂ ਪੂਰੀ ਹੋਈ, ਇਹ ਤਿੰਨ ਦੀ ਜਮ੍ਹਾਂ ਪੂਰੀ ਹੋਈ। 32 ਨੂੰ 23 ਕਰ ਲੈਣਾ ਅਤੇ 36 ਨੂੰ 63 ਕਰ ਲੈਣਾ। ਇਹ ਟੰਡੋਲੇ ਬਣ ਗਏ। ਫਿਰ ਉਸ ਤੋਂ ਬਾਅਦ ਪੰਜ ਨੰਬਰ ਇੱਥੇ ਲੈਣਾ, ਤਿੰਨ ਨੰਬਰ ਚੌਥਾ ਲੈਣਾ। ਇਹਨਾਂ ਅੱਠ ਦੀ ਜਮ੍ਹਾਂ ਪੂਰੀ ਕਰਨੀ ਹੈ, ਇਹ ਵੀ ਅੱਠ ਦੀ ਜਮ੍ਹਾਂ ਜੇ, ਇਹ ਤਿੰਨ ਦੀ ਜਮ੍ਹਾਂ ਜੇ। ਮੇਰੇ ਦੋਸਤੋ, ਇਹ ਜਦੋਂ ਟੰਡੋਲੇ ਪਾਸ ਹੁੰਦੇ ਆ, ਇਹ ਟੰਡੋਲਿਆਂ ਵਿੱਚੋਂ ਟੰਡੋਲਾ ਲੱਗ ਕੇ ਗਿਆ, ਬੈਗ ਟੰਡੋਲਾ 53 ਦਾ, 53 ਮੇਰੇ ਕੋਲ ਮੌਜੂਦ ਸੀ, ਸੈੱਟ ਬੰਦ ਹੋ ਗਿਆ। ਅੱਜ ਮੇਰੇ ਦੋਸਤੋ 43 45 03 ਲੱਗੀ ਜੇ, ਠੀਕ ਹੈ ਮੇਰੇ ਦੋਸਤੋ। ਅੱਜ 4 ਮਾਈਨਸ ਕਰਨੇ ਜੇ, 3 'ਚੋਂ 1 ਮਾਈਨਸ ਕਰਾਂ, 2 1 0 ਅਤੇ ਇਹ 9, ਇਹ 9 ਨੰਬਰ ਚੌਥਾ ਆਉਣਾ ਜੇ। ਇਸ ਪੰਜਵੇਂ ਤੋਂ 2 ਜ਼ਿਆਦਾ ਕਰਨੇ, 2 4 ਚੌਥਾ ਜਾਂ ਪੰਜਵਾਂ ਇਨਸਾਨ ਆ ਜੇ। ਸਭ ਤੋਂ ਪਹਿਲੇ ਇਹ 2 ਨੰਬਰ ਇੱਥੇ ਲਵੋ ਅਤੇ 9 ਨੰਬਰ ਇੱਥੇ ਲਵੋ। ਬੈਗ ਢੰਡੋਲੇ ਦੀ ਜਮ੍ਹਾਂ ਆਈ ਜੇ 8, 8 3 ਦੀ ਜਮ੍ਹਾਂ ਮੈਂ ਪੂਰੀ ਕਰਨੀ ਜੇ ਪਿੱਛੇ, ਠੀਕ ਹੈ ਮੇਰੇ ਦੋਸਤੋ। 2 ਨੰਬਰ ਇੱਥੇ ਲਓ ਤਾਂ 9 ਨੰਬਰ ਇੱਥੇ ਲਓਗੇ। ਇਹਦੀ ਜਮ੍ਹਾਂ ਪੂਰੀ ਕਰਨ ਵਾਸਤੇ ਮੈਨੂੰ 8 ਦੀ ਜਮ੍ਹਾਂ ਪੂਰੀ ਕਰਨੀ ਪਈ, ਇਹ 3 ਦੀ ਜਮ੍ਹਾਂ ਜੇ। 26 ਦੀ 62 ਕਰ ਲਓ, 48 ਦੀ 84 ਕਰ ਲਓ, ਪਿੱਛੇ ਲੱਗ ਗਿਆ ਮੁਰਗੇ। 4 ਨੰਬਰ ਇੱਥੇ ਲਿਆਓ ਅਤੇ 9 ਨੰਬਰ ਇੱਥੇ ਲਾਓ, ਠੀਕ ਹੈ ਨਾ। ਇਹਦੇ ਨਾਲ 8 ਦੀ ਜਮ੍ਹਾਂ ਪੂਰੀ ਕਰੋ। ਅਗਰ 3 ਦੀ ਜਮ੍ਹਾਂ ਪੂਰੀ ਕਰਦੇ ਹੋ ਤਾਂ ਇੱਥੇ 48 84 ਬਣ ਚੁੱਕੀ ਜੇ, ਇਹ ਢੰਡੋਲੇ ਜੇ, ਠੀਕ ਹੈ ਮੇਰੇ ਦੋਸਤੋ। ਅੱਲਾ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ। ਇਹ ਢੰਡੋਲੇ ਮੈਂ ਤਿਆਰ ਕੀਤੇ ਜੇ, ਬੈਗ ਦੇ ਢੰਡੋਲੇ ਜੇ ਮੇਰੇ ਦੋਸਤੋ। ਅਤੇ ਆਪਣੀਆਂ ਦੁਆਵਾਂ ਜੀ ਯਾਦ ਰੱਖਣਾ, ਔਰ ਸਾਰੇ ਦੋਸਤਾਂ ਭਰਾਵਾਂ ਨੂੰ ਮੇਰੇ ਵੱਲੋਂ, ਠੀਕ ਹੈ ਮੇਰੇ ਦੋਸਤੋ। ਅੱਲਾ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ ਸਾਰਿਆਂ ਨੂੰ। ਔਰ ਮੇਰੇ ਦੋਸਤੋ, ਮੇਰੀ ਬੱਚੀ ਫੋਤ ਹੋਈ ਹੈ 15 ਸਾਲ ਦੀ, 6ਵੇਂ ਮਰਮ 'ਚ, ਠੀਕ ਹੈ 13 ਤਰੀਕ ਨੂੰ। ਮੈਂ ਉਹਦੇ ਬਾਵਜੂਦ ਵੀਡੀਓ ਬਣਾਈ ਹੈ, ਕਿਉਂਕਿ ਮੇਰੇ ਭਰਾ ਅਫਸੋਸ ਵੀ ਕਰ ਰਹੇ ਸੀ ਔਰ ਕੰਮ ਕਰਨਾ ਵੀ ਜ਼ਰੂਰੀ ਸੀ, ਠੀਕ ਹੈ। ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਮੇਰੇ ਦੋਸਤੋ, ਸਾਰੇ ਦੋਸਤਾਂ ਭਰਾਵਾਂ ਨੂੰ। ਅਸਲਾਮ ਵਾਲੇਕੁਮ।